ਸਾਢੇ 10 ਵਜੇ ਆਇਆ ਦੁਕਾਨ 'ਤੇ ਅਤੇ ਆ ਕੇ ਦੇਖਿਆ ਤਾਂ ਮਤਲਬ ਤਾਲੇ ਖੋਲ੍ਹਿਆ ਅਤੇ ਸਮਾਨ ਸਾਰਾ ਗਾਇਬ ਹੋਇਆ ਚੋਰੀ ਹੈ ਨਾਲ ਦੇ ਪਾਸੇ ਉਹ ਕੰਧ ਪਾੜ ਕੇ ਨਾ ਅਤੇ ਉਹਦੇ ਨਾਲ ਕੀਤੀ ਗਈ ਉਹਦੇ ਸਗੋਂ ਸਾਰੀ ਫਿਟਿੰਗ ਫੁਟਿੰਗ ਜੋ ਵੀ ਹੈ ਸਾਰੀ ਪੁੱਟ ਦਿੱਤੀ ਦੀ ਆ ਅਤੇ ਉਸ ਤੋਂ ਬਾਅਦ ਜਿੰਨੇ ਮੋਬਾਈਲ ਸਾਰੇ ਜਿੰਨੇ ਵੀ ਆਏ ਸਾਰੇ ਲੈ ਗਏ ਦੇ ਮੋਬਾਈਲ ਹੋਰ ਕੈਸ਼ ਵੀ ਆਇਆ ਸੀ ਕੈਸ਼ ਵੀ ਲੱਗੇ ਮਤਲਬ ਲਗਭਗ 2-2.5 ਲੱਖ ਰੁਪਏ ਦਾ ਨੁਕਸਾਨ ਹੋਇਆ ਪਹਿਲਾਂ ਮੋਬਾਈਲ ਫੋਨਾਂ ਦੀ ਦੁਕਾਨ ਦੀ ਸਾਈਡ ਵਾਲੀ ਕੰਧ ਨੂੰ ਸੰਨ ਲਈ ਤੇ ਫਿਰ ਇੱਕ ਚੋਰ ਬਾਹਰ ਖੜ ਗਿਆ ਤੇ ਦੂਜਾ ਅੰਦਰ ਵੜ ਗਿਆ ਮੂੰਹ ਸਿਰ ਟਕਿਆ ਚੋਰੀ ਕਰਨ ਤੋਂ ਪਹਿਲਾਂ ਹੱਥਾਂ ਦੇ ਉੱਤੇ ਦਸਤਾਨੇ ਤੱਕ ਪਾਏ ਤਾਂ ਜੋ ਪੁਲਿਸ ਨੂੰ ਉਹਨਾਂ ਦੀ ਭਿਣਕ ਨਾ ਲੱਗ ਸਕੇ ਜਿਸ ਤੋਂ ਬਾਅਦ ਦੋਵਾਂ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਦੁਕਾਨ 'ਚ ਹੁੰਜਾ ਫੇਰ ਕੇ ਖੁਦ ਲੱਖਪਤੀ ਬਣ ਕੇ ਫਰਾਰ ਹੋ ਗਏ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਕਰੀਬ 2.5 ਲੱਖ ਦਾ ਨੁਕਸਾਨ ਹੋਇਆ 40,000 ਨਗਦੀ ਵੀ ਚੋਰ ਚੋਰੀ ਕਰਕੇ ਆਰਾਮ ਦੇ ਨਾਲ ਫਰਾਰ ਹੋ ਗਏ ਮੇਰਾ ਨਾਮ ਸੰਦੀਪ ਕੁਮਾਰ ਸਨ ਆਫ ਸ਼ਾਮ ਲਾਲ ਮੇਰੇ ਮਾਈ ਇਲੈਕਟ੍ਰੋਨਿਕਸ ਦੇ ਨਾਂ ਦੇ ਉੱਪਰ ਮਤਲਬ ਸ਼ੋਪ ਹੈ ਮੈਂ ਮਤਲਬ ਮੋਬਾਈਲ ਦਾ ਕੰਮ ਕਰਦਾ ਅਤੇ ਮੇਰੇ ਅੱਜ ਸਵੇਰੇ 5:30 ਵਜੇ ਨਾਲ ਮਤਲਬ ਮੈਂ ਹੁਣ 10:30 ਵਜੇ ਆਇਆ ਦੁਕਾਨ 'ਤੇ ਅਤੇ ਆ ਕੇ ਦੇਖਿਆ ਤਾਂ ਮਤਲਬ ਤਾਲੇ ਖੋਲ੍ਹਿਆ ਸਮਾਨ ਸਾਰਾ ਗਾਇਬ ਹੋਇਆ ਕਿੱਦਾਂ ਚੋਰੀ ਕੀਤੀ ਗਈ ਚੋਰੀ ਹੈ ਨਾਲ ਦੇ ਪਾਸੇ ਉਹ ਕੰਧ ਪਾੜ ਕੇ ਨਾ ਅਤੇ ਉਹਦੇ ਨਾਲ ਕੀਤੀ ਗਈ ਪਾੜ ਮਤਲਬ ਲਗਭਗ ਕੋਈ 2 ਫੁੱਟ ਦਾ ਉਹਨਾਂ ਨੇ ਮਤਲਬ ਵਿੱਚ ਪਾ ਕੇ ਉਹਦੇ ਸਗੋਂ ਸਾਰੀ ਫਿਟਿੰਗ ਫੁਟਿੰਗ ਜੋ ਵੀ ਹੈ ਸਾਰੀ ਪੁੱਟ ਦਿੱਤੀ ਦੀ ਆ ਅਤੇ ਉਸ ਤੋਂ ਬਾਅਦ ਜਿੰਨੇ ਮੋਬਾਈਲ ਸਾਰੇ ਜਿੰਨੇ ਵੀ ਆਏ ਸਾਰੇ ਲੈ ਗਏ ਦੇ ਮੋਬਾਈਲ ਹੋਰ ਕੈਸ਼ ਵੀ ਆਇਆ ਸੀ ਕੈਸ਼ ਵੀ ਲੈ ਕੇ ਮਤਲਬ ਲਗਭਗ 2-2.5 ਲੱਖ ਰੁਪਏ ਦਾ ਨੁਕਸਾਨ ਹੋਇਆ ਇਹ ਸਵੇਰੇ ਕੋਈ ਲਗਭਗ 5-5:30 ਵਜੇ ਦੀ ਗੱਲ ਹੈ ਹਾਂਜੀ ਹਾਂਜੀ ਉਹਦੇ ਵਿੱਚ ਆਈ ਹੈ ਫੋਟੋ ਆਈ ਦੀ ਆ ਪਰ ਉਹਨਾਂ ਨੇ ਮੂੰਹ ਦੇ ਉੱਪਰ ਮਤਲਬ ਨਕਾਬ ਪਾਏ ਦੇ ਆ ਹੱਥਾਂ ਦੇ ਉੱਪਰ ਮਤਲਬ ਦਸਤਾਨੇ ਪਾਏ ਦੇ ਆ ਉਹ ਕਿੱਟ ਪਾ ਕੇ ਉਹਨਾਂ ਬੜੀ ਪਲੈਨਿੰਗ ਦੇ ਨਾਲ ਮਤਲਬ ਕੀਤੀ ਦੀ ਆ ਕਿੰਨੇ ਬੰਦੇ ਸੀ ਬੰਦੇ ਅੰਦਰ ਇੱਕ ਹੀ ਇੱਕ ਬਾਹਰ ਹੀ ਜਿੱਥੋਂ ਸਮਾਨ ਫੜੀ ਜਾਂਦਾ ਸੀ ਉਹ ਫੜਾਈ ਜਾਂਦਾ ਸੀ ਹਾਂਜੀ ਪੁਲਿਸ ਨੇ ਸੂਚਿਤ ਕੀਤਾ ਵਾ ਉਹਨਾਂ ਨੇ ਆ ਕੇ ਦੇਖਿਆ ਮੌਕਾ ਦੇਖਿਆ ਹਾਂਜੀ 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 ਨਹੀਂ ਦੇਖੋ ਇਸ ਤਰ੍ਹਾਂ ਵਾ ਅਸੀਂ ਮਤਲਬ ਆਪਸ ਵਿੱਚ ਲਗਭਗ 20 ਸਾਲ ਤੋਂ ਮਤਲਬ ਇੱਕ ਹੀ ਯੂਨੀਅਨ ਦੇ ਵਿੱਚ ਕੰਮ ਕਰਦੇ ਪਏ ਸੀ ਠੀਕ ਹੈ ਜੀ ਰੋਹੀ ਰੋਣਾ ਦੇ ਨਾਲ ਅਸੀਂ ਖੁਦ ਮਤਲਬ ਸਾਰੇ ਜਿੰਨੇ ਵੀ ਮੋਬਾਈਲ ਐਸੋਸੀਏਸ਼ਨ ਦਾ ਆਪਣਾ ਕੰਮ ਕਰਦੇ ਸੀ ਅਤੇ ਉਹਦੇ ਨਾਲ ਦੇਖੋ ਇਸ ਤਰ੍ਹਾਂ ਵਾ ਵੀ ਜਿੰਨੀਆਂ ਵੀ ਦੁਕਾਨਾਂ ਦੇ ਉੱਪਰ ਮਤਲਬ ਮੋਬਾਈਲਾਂ ਦੇ ਵਾਲਿਆਂ ਦੇ ਨਾਲ ਮਤਲਬ ਐਸਾ ਕਰਦੇ ਪਏ ਆ ਵੀ ਚੋਰੀ ਹੈ ਅਤੇ ਚੋਰੀ ਹਾਂਜੀ ਫਿਰ ਫੜਾਉਂਦਾ ਕੋਈ ਬੰਦਾ ਨਹੀਂ ਪਿਆ ਠੀਕ ਹੈ ਜੀ ਫਿਰ ਜਿਹੜੇ ਮਤਲਬ ਆ ਕੇ ਨਵੀਂ ਨਵੀਂ ਦੁਕਾਨਾਂ ਲੈਂਦੇ ਪਏ 1 ਲੱਖ ਰੁਪਈਆ 1.5 ਲੱਖ ਰੁਪਇਆ ਕਿਰਾਏ 'ਤੇ ਦਿੰਦੇ ਪਏ ਉਹਨਾਂ ਦਾ ਇੱਕ ਬੰਦੇ ਦਾ ਆਧਾਰ ਕਾਰਡ ਲੈਂਦੇ ਆ ਉਹਨਾਂ ਦਾ ਇੱਕ ਬੰਦੇ ਦਾ ਪਤਾ ਲੈਂਦੇ ਆ ਬਾਕੀ ਉਹਨਾਂ ਨੂੰ ਸਭ ਕੁਝ ਦਿੰਦੇ ਆ ਉਹਨਾਂ ਦੇ ਨਾਲ ਜਿਹੜੇ 10-10, 20-20 ਬੰਦੇ ਨਾਲ ਆਏ ਹੁੰਦੇ ਆ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਬੰਦੇ ਆਏ ਹੁੰਦੇ ਆ ਉਹਨਾਂ ਦਾ ਕਿਸੇ ਦਾ ਕੋਈ ਅਤਾ ਪਤਾ ਨਹੀਂ ਆ ਵੀ ਕੌਣ ਕਿੱਥੇ ਫਿਰਦਾ ਪਿਆ ਵਾ ਠੀਕ ਹੈ ਜੀ ਇਸ ਕਰਕੇ ਇਹਨਾਂ ਨੂੰ ਸਾਰਿਆਂ ਦਾ ਮਤਲਬ ਐਡਰੈਸ ਨੋਰ ਜੋ ਔਰ ਜਿੰਨੇ ਬੰਦੇ ਆਉਣੇ ਆ ਇੱਕੋ ਵਾਰ ਹੀ ਨੋਟ ਕਰਨ ਵੀ ਇਹਨਾਂ 'ਚ 4 ਬੰਦੇ ਆਉਣੇ ਉਹ 4 ਦੀ ਫੋਟੋ ਉੱਥੇ ਲੱਗਣੀ ਚਾਹੀਦੀ ਹੈ ਦੂਸਰਾ ਸਾਨੂੰ ਮਤਲਬ ਦੇਖੋ ਇਸ ਤਰ੍ਹਾਂ ਵੀ ਸਾਡੇ ਵਾਂਗੂ ਜਿਸ ਤਰ੍ਹਾਂ ਹੋਇਆ ਉਹਦਾ ਕਿਸੇ ਨਾਲ ਨਾ ਹੋਵੇ ਦੇਖੋ ਮੈਂ ਬੜੇ ਸਮੇਂ ਤੋਂ ਰੌਲਾ ਪਾ ਰਿਹਾ ਕਿ ਜਿਹੜੀ ਗੁਰਦਾਸਪੁਰ ਦੇ ਵਿੱਚ ਜਿਹੜੀ ਚੋਰੀਆਂ ਹੋ ਰਹੀਆਂ ਉਹਨੂੰ ਟਰੇਸ ਆਊਟ ਕੀਤਾ ਜਾਵੇ ਕਿਉਂਕਿ ਬੜੇ ਨੁਕਸਾਨ ਹੋ ਰਹੇ ਨੇ ਅਸੀਂ ਇੱਕ ਮੋਬਾਈਲ ਐਸੋਸੀਏਸ਼ਨ ਵੀ ਬਣਾਈ ਹੋਈ ਹੈ ਉਹਦੇ ਮਾਧਿਅਮ ਦੇ ਨਾਲ ਵੀ ਤੁਹਾਡੇ ਅੱਗੇ ਅਪੀਲ ਕਰ ਰਿਹਾ ਔਰ ਦੂਸਰੀ ਗੱਲ ਇਹ ਮੈਂ ਕਹਿਣਾ ਚਾਹੁੰਦਾ ਕਿ ਪਹਿਲਾਂ ਸੀਗੀ ਅਸ਼ਵਨੀ ਆਇਰਨ ਸਟੋਰ ਜਿਹੜਾ ਮਾਈਗਾ ਤਲਾਬ ਦੇ ਮੰਦਰ ਲਾਗੇ
ਰਾਤੋ ਰਾਤ 11 ਲੱਖ ਰੁਪਏ ਚੋਰੀ ਹੋਏ ਫੁਟੇਜ ਸਾਡੀਆਂ ਉਹਨਾਂ ਕੋਲ ਅਵੇਲੇਬਲ ਨੇ, ਉਹਦੇ ਬਾਵਜੂਦ ਉਹਨੂੰ ਟਰੇਸ ਆਊਟ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਸੰਗਲ ਜਿਹੜਾ ਤੁਹਾਡਾ ਇਸਲਾਮਾਬਾਦ ਮੁਹੱਲਾ ਹੈ ਜਾਂ ਓਂਕਾਰ ਨਗਰ ਮੁਹੱਲਾ ਹੈ, ਇਸ ਤੋਂ ਲੱਖਾਂ ਦੀਆਂ ਚੋਰੀਆਂ ਹੋਈਆਂ ਅਤੇ ਸੋਨਾ ਬੜਾ ਚੋਰੀ ਹੋਇਆ ਸੀਗਾ। ਉਸ ਤੋਂ ਬਾਅਦ ਸਾਡੇ ਰੋਹਿਤ ਜੀ ਜਿਹਨਾਂ ਦੀ ਦੁਕਾਨ ਦੇ ਉੱਪਰ ਸਰੇਆਮ ਸਵੇਰੇ 5 ਵਜੇ ਜਿਹੜੀ ਆ, ਉਹ ਦੇਖੋ ਉਸ ਵੇਲੇ ਪੂਰਾ ਬਾਜ਼ਾਰ ਚੱਲਦਾ ਹੁੰਦਾ ਹੈ, ਉਹਦੇ ਵਿੱਚ ਲੋਕ ਆਉਂਦੇ ਜਾਂਦੇ ਨੇ, ਦਿਨ ਚੜਿਆ ਹੋਇਆ ਸੀਗਾ, ਉੱਥੇ ਲਗਭਗ ਕਹਿ ਸਕਦੇ 35 ਤੋਂ 40 ਲੱਖ ਰੁਪਏ ਦਾ ਨੁਕਸਾਨ, 35 ਤੋਂ 40 ਲੱਖ ਰੁਪਏ ਦਾ ਨੁਕਸਾਨ ਉੱਥੇ ਹੋਇਆ। ਉਸ ਤੋਂ ਬਾਅਦ ਜਿਹੜੀ ਹੈ ਮੁਹੱਲਾ ਜਿਹੜਾ ਹੈਗਾ ਤੁਹਾਡਾ ਕੀ ਕਹਿੰਦੇ ਆ ਪ੍ਰੇਮ ਨਗਰ ਮੁਹੱਲਾ ਜਿਹੜਾ, ਉਹਦੇ ਵਿੱਚ ਕਿਸੇ ਦੇ ਘਰ ਤੋਂ ਟੈਪਸ ਤੱਕ ਉਹਨਾਂ ਨੇ ਉਤਾਰ ਕੇ ਲੈ ਗਏ। ਅੱਜ ਸਾਡੇ ਸੰਦੀਪ ਭਾਅ ਜੀ ਦੀ ਇੱਥੇ ਚੋਰੀ ਹੋਈ ਹੈ, ਉਹ ਮੈਂ ਕਹਿੰਦਾ ਕਿ ਬੜੀ, ਮੈਂ ਕਹਿੰਦਾ ਇੱਕ ਸਾਡੇ ਲਈ, ਸਾਡੇ ਸਮਾਜ ਲਈ, ਸਾਡੇ ਪ੍ਰਸ਼ਾਸਨ ਲਈ, ਸਾਰੇ ਲਈ ਬੜੀ ਸ਼ਰਮ ਦੀ ਗੱਲ ਹੈਗੀ ਹੈ। ਪਰ ਅਸੀਂ ਜਿਹੜੀ ਮੰਗ ਜਿਹੜੀ ਮੇਨ ਮੈਂ ਕਰਨਾ ਚਾਹੁੰਦਾ, ਇਹਦਾ ਮੁੱਖ ਕਾਰਨ ਜਿਹੜਾ ਮੈਂ ਮੰਨਣਾ, ਮੈਨੂੰ ਨਹੀਂ ਪਤਾ ਕਿ ਅੱਗੇ ਪ੍ਰਸ਼ਾਸਨ ਦੀ ਆਪਣੀ ਕੀ ਸੋਚ ਹੈ, ਸਮਾਜ ਦੀ ਕੀ ਸੋਚ ਹੈ, ਪਰ ਮੈਂ ਮੰਨਣਾ ਕਿ ਇਹ ਸਭ ਚੋਰੀਆਂ ਦਾ ਮੁੱਖ ਕਾਰਨ ਜਿਹੜਾ ਹੈਗਾ ਉਹ ਹੈਗੇ ਇਹ ਅਪ੍ਰਵਾਸੀ ਲੋਕ ਜਿਹੜੇ ਲੰਬੇ ਸਮੇਂ ਤੋਂ ਇੱਥੇ ਅੱਗੇ ਸਥਾਪਿਤ ਹੋ ਰਹੇ ਨੇ ਔਰ ਜਿਨ੍ਹਾਂ ਦੀ ਸ਼ਨਾਖਤ ਤੱਕ ਨਹੀਂ ਹੁੰਦੀ। ਮੈਂ ਕਈ ਵਾਰੀ ਮੈਂ ਬੇਨਤੀ ਕਰ ਚੁੱਕਾ ਕਿ ਇਹਨਾਂ ਦੀ ਸ਼ਨਾਖਤ ਕੀਤੀ ਜਾਏ, ਇਹ ਕਿੱਥੋਂ ਆਉਂਦੇ ਨੇ, ਕੀ ਸੋਚ ਲੈ ਕੇ ਆਉਂਦੇ ਨੇ, ਔਰ ਇੰਨੀਆਂ ਮਹਿੰਗੀਆਂ ਦੁਕਾਨਾਂ, ਇੰਨੇ ਮਹਿੰਗੇ ਘਰ ਕਿਸਾ ਕਿਰਾਏ 'ਤੇ ਲੈ ਲੈਂਦੇ ਨੇ। ਦੇਖੋ ਜੇ ਉਹ ਇੰਨੇ ਕਿਰਾਏ ਜੇ ਦਿੰਦੇ ਪਏ ਨੇ, ਸਾਡੇ ਕੁਛ ਲਾਲਚੀ ਲੋਕ ਜਿਹੜੇ ਨੇ, ਮੈਂ ਤਾਂ ਲਾਣਤ ਪਾਵਾਂਗਾ ਉਹਨਾਂ 'ਤੇ ਜਿਹੜੇ ਲਾਲਚੀ ਲੋਕ ਨੇ ਕੁਛ ਕਿਰਾਏ ਦੇ ਲਾਲਚ ਦੇ ਵਿੱਚ ਉਹ ਬਿਨਾਂ ਸ਼ਨਾਖਤੀ ਕੀਤੇ ਉਹਨਾਂ ਨੂੰ ਆਪਣੀਆਂ ਦੁਕਾਨਾਂ ਕਿਰਾਏ 'ਤੇ ਦੇ ਦਿੰਦੇ ਨੇ। ਮੈਂ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹਾਂਗਾ, ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਦੀ ਸ਼ਨਾਖਤ ਜ਼ਰੂਰ ਕਰੋ, ਕਿਉਂਕਿ ਇਹ ਕਿੱਥੋਂ ਆ ਰਹੇ ਨੇ, ਕਿੱਥੇ ਕੀ ਸੋਚ ਨਾਲ ਆ ਰਹੇ ਨੇ, ਇਹ ਪਤਾ ਲੱਗਣਾ ਬਹੁਤ ਜ਼ਰੂਰੀ ਹੈ। ਉਹਦਾ ਸਭ ਤੋਂ ਵੱਡਾ ਇੱਕ ਹੋਰ ਕਾਰਨ ਦੱਸਣਾ ਮੈਂ, ਸਾਡਾ ਗੁਰਦਾਸਪੁਰ ਜਿਹੜਾ ਬੋਰਡਰ ਬੈਲਟ ਹੈ, ਇਹਦੇ ਵਿੱਚ ਪਾਕਿਸਤਾਨ ਨਾਲ ਲੱਗਦਾ ਵੈ, ਕੁਛ ਵੀ ਹੋ ਸਕਦਾ, ਹਥਿਆਰਾਂ ਦੀ ਇੱਥੇ ਖੇਪ ਆਉਂਦੀ ਹੈ, ਨਸ਼ਾ ਇੱਥੋਂ ਆਉਂਦਾ, ਅਤੇ ਇਹ ਇਹਨਾਂ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਰੋਲ ਹੋ ਸਕਦਾ। ਅੱਜ ਗੁਰਦਾਸਪੁਰ ਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਜੋ ਕ੍ਰਾਈਮ ਹੋ ਰਿਹਾ ਉਹਦਾ ਮੁੱਖ ਕਾਰਨ ਮੈਂ ਇਹਨੂੰ ਹੀ ਮੰਨਣਾ, ਇਸ ਲਈ ਇਸ ਪਾਸੇ ਜ਼ਰੂਰ ਸੋਚਣਾ ਜ਼ਰੂਰ। ਟਾਈਮ ਵੀ ਉਹੀ ਹੈ, ਬਿਲਕੁਲ ਟਾਈਮਿੰਗ ਉਹੀ ਹੈ, ਸਵੇਰੇ 5 ਵਜੇ ਦੇ ਲਗਭਗ। ਇੱਕ ਪਾਸੇ ਪ੍ਰਸ਼ਾਸਨ ਕਹਿ ਰਿਹਾ ਵੀ ਚੋਣ ਜ਼ਾਬਤਾ ਲੱਗਾ, ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਨੇ ਸ਼ਹਿਰ ਅੰਦਰ, ਚੋਣ ਜ਼ਾਬਤੇ ਦੇ ਦੌਰਾਨ ਇਹੋ ਜਿਹੀਆਂ ਘਟਨਾ ਵਾਪਰਾਂ, ਕਿੰਨਾ ਕੁ ਜਾਈਏ? ਦੇਖੋ ਮੈਂ ਇੱਕ ਜਿਹੜੀ ਜ਼ਰੂਰ ਕਹਿੰਦਾ, ਜਿਹੜੇ ਹਾਇਰ ਆਫਿਸਰ ਹੈਗੇ ਨੇ ਸਾਡੇ SSP ਸਾਹਿਬ, ਬੜੇ ਵਧੀਆ ਬੰਦੇ ਨੇ, ਬੜੇ ਟੈਕਨੀਕ ਦੇ ਨਾਲ ਉਹ ਹਰ ਦੂਸਰੇ ਦਿਨ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ, ਆਪਣੇ ਜਿਹੜੇ ਅਧਿਕਾਰੀ ਉਹਨਾਂ ਨਾਲ ਵੀ ਮੀਟਿੰਗ ਕਰਦੇ ਨੇ, ਸਮਾਜ ਦੇ ਲੋਕਾਂ ਨਾਲ ਵੀ ਮੀਟਿੰਗਾਂ ਕਰਦੇ ਨੇ, ਕੁਛ ਬੜਾ ਕੁਛ ਪਲਾਨ ਕਰਦੇ ਨੇ। ਲੇਕਿਨ ਜਿਹੜੇ ਮੈਂ ਕਹਾਂਗਾ ਥੱਲੇ ਅਧਿਕਾਰੀ ਨੇ, ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਜੇ ਉਹ ਜ਼ਿੰਮੇਵਾਰੀ ਸਮਝਣਗੇ ਤਾਂ ਹੀ, ਦੇਖੋ ਗਰਾਊਂਡ ਲੈਵਲ ਦੇ ਉੱਪਰ ਪ੍ਰੈਕਟੀਕਲੀ ਕੁਛ ਨਹੀਂ ਹੁੰਦਾ। ਦੇਖਿਆ ਜਾਏ ਸਾਡੇ ਚੌਂਕ ਖਾਲੀ ਪਏ ਨੇ, ਜੇ ਡਿਊਟੀਆਂ ਲੱਗੀਆਂ ਹੁੰਦੀਆਂ, ਐਸੀ ਗੱਲ ਨਹੀਂ, ਡਿਊਟੀ ਨਹੀਂ ਲੱਗੀਆਂ ਹੁੰਦੀਆਂ, ਉੱਥੇ ਡਿਊਟੀਆਂ ਲੱਗੀਆਂ ਹੁੰਦੀਆਂ, PCR ਵਾਲਿਆਂ ਡਿਊਟੀਆਂ ਲੱਗੀਆਂ ਹੁੰਦੀਆਂ, ਲੇਕਿਨ ਕੁਛ ਨਹੀਂ ਦਿਖਦਾ। ਸਵੇਰੇ 5 ਵਜੇ ਆ ਕੇ ਕੋਈ ਐਡੀ ਹਿੰਮਤ ਕਰ ਜਾਵੇ, ਆ ਕੇ 5:30 ਵਜੇ ਇੱਥੇ ਚੋਰੀ ਹੈ, 5:30 ਵਜੇ ਆ, 5:30 ਵਜੇ ਚੋਰੀ ਹੋਈ ਆ ਕੇ, ਕਿ ਉਸ ਵੇਲੇ ਕਿਹਨੂੰ ਡਰਨਾ ਹੋਏਗਾ? ਸਵੇਰੇ ਉਹ ਸਬਜ਼ੀ ਮੰਡੀ ਜਾਂਦੇ ਨੇ ਜਾਂ ਹੋਰ ਇੱਥੇ ਪਬਲਿਕ ਜਿਹੜੀ ਆਮ, ਇਹ GT ਰੋਡ ਆ, ਫਿਰ ਵੀ ਇੱਥੇ ਵੈਸੇ ਬੜੀ ਮੰਡੀ ਤਾਂ ਸਵੇਰੇ ਇੱਥੇ ਸ਼ੁਰੂ ਹੋ ਜਾਂਦੇ ਨੇ ਲੋਕ ਆਉਣੇ, ਤਾਂ ਸੋ ਇੱਥੇ ਵੀ ਜੇ ਕਰਕੇ ਜਾਂਦੇ, ਇੱਥੇ ਬੇਖੌਫ ਹੋ ਕੇ ਕਰਦੇ ਪਏ ਨੇ। ਲੇਕਿਨ ਉਹਦਾ ਸਭ ਤੋਂ ਮੁੱਖ ਕਾਰਨ ਇਹੀ ਹੈ ਕਿ ਉਹਨਾਂ ਨੂੰ ਪਤਾ ਸੀ ਕ੍ਰਾਈਮ ਕਰਕੇ ਇੱਥੇ ਦੌੜ ਜਾਣਾ, ਉਹਨਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ। ਦੱਸਦੀ ਕਿ ਚੋਰਾਂ ਨੇ ਇੱਕ ਹਫ਼ਤੇ 'ਚ ਦੂਜੀ ਵਾਰ ਫੋਨਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸ਼ਹਿਰ ਦੇ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਤੇ ਪੁਲਿਸ ਦੇ ਉੱਤੇ ਵੀ ਗੁੱਸਾ ਫੁੱਟਦਾ ਹੋਇਆ ਨਜ਼ਰ ਆ ਰਿਹਾ। ਲੋਕ ਮੰਗ ਕਰ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਜਲਦ ਤੋਂ ਜਲਦ ਇਹਨਾਂ ਵਾਰਦਾਤਾਂ ਦੇ ਉੱਤੇ ਠੱਲ ਪਾਵੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਪੰਜਾਬੀ ਲੋਕ ਚੈਨਲ।